मुद्दतें गुजर गई हैं रंजो गम सहते हुए, शर्म सी आती है इस वतन को अपना वतन कहते हुए। सतलुज चैनल देख रही हो तुसी, मैं हाँ कमलजीत कौर। अज इन्हां लोकां नूं शर्म आ रही है कि यह भारत के नागरिक ने। गल कर रहे हैं किसानी संघर्ष की। शंभू बॉर्डर से किसानी संघर्ष 11वें दिन दे विच प्रवेश कर चुका है और यह लोग अज शर्म महसूस करते हैं कि यह भारत के नागरिक ने। जिस तरीके दे नाल पंजाबियों दे नाल वतीरा हरियाणा सरकार ने किया, अज तो दो दिन पहला इत्थे खून की होली खेडी गई, मौत का तांडव हरियाणा सरकार आर्मी ते हरियाणा पुलिस के वलों रचा गया। एक बार तस्वीर अज तुहानू विखा दिंदे आ, मेरे पिछले पासे ਘੱਗਰ ਦਰਿਆ ਹੈ। ਘੱਗਰ ਦਰਿਆ ਤੋਂ ਪਰਲੇ ਪਾਰ ਹਰਿਆਣਾ ਜਿਹੜਾ ਬਾਰਡਰ ਹੈ ਉਹ ਸ਼ੁਰੂ ਹੋ ਜਾਂਦਾ ਹੈ ਜਿੱਥੇ ਆਰਮੀ ਲੱਗੀ ਹੋਈ ਹੈ। ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੰਦੂਕਾਂ ਤਾਣ ਕੇ ਪੰਜਾਬ ਵਾਲੇ ਪਾਸੇ ਮੂੰਹ ਕੀਤਾ ਹੋਇਆ, ਜਿਹੜੇ ਪਾਸੇ ਟਰਾਲੀਆਂ ਖੜੀਆਂ ਨੇ, ਜਿਹੜੇ ਪਾਸੇ ਉਹ ਸੰਘਰਸ਼ ਚੱਲ ਰਿਹਾ ਹੈ, ਜਿਸ ਤਰ੍ਹਾਂ ਦੁਸ਼ਮਣ ਨੂੰ ਭੁੰਨ ਦੇਣਾ ਹੋਵੇ। ਬਿਲਕੁਲ ਇਹ ਲੋਕ ਪੰਜਾਬੀਆਂ ਨੂੰ ਆਪਣੇ ਦੁਸ਼ਮਣ ਸਮਝ ਰਹੇ ਨੇ। ਔਰ ਜਿਸ ਤਰੀਕੇ ਨਾਲ ਦੋ ਦਿਨ ਪਹਿਲਾਂ ਇੱਥੇ ਹਾਲਾਤ ਪੈਦਾ ਹੋਏ ਸੀਗੇ, ਬੋਮ ਸ਼ੈਲਿੰਗ ਹੋਈ ਸੀ, ਹੰਝੂ ਗੈਸ ਦੇ ਗੋਲੇ ਸਿੱਟੇ ਗਏ ਸੀ, ਨੌਜਵਾਨ ਫਟੜ ਹੋਏ, ਬਹੁਤ ਸਾਰੇ ਕਿਸਾਨ ਫਟੜ ਹੋਏ, ਸੋ ਤਸਵੀਰਾਂ ਦਰਦਨਾਕ ਸੀ। ਅੱਜ ਇੱਥੇ ਨੌਜਵਾਨਾਂ ਦੇ ਨਾਲ ਮੁੜ ਤੋਂ ਗੱਲਬਾਤ ਕਰਾਂਗੇ। ਕਿੱਥੋਂ ਆਈ ਹੋ, ਕੀ ਨਾਮ ਹੈ ਤੁਹਾਡਾ? ਉਪਿੰਦਰ ਸਿੰਘ ਜੀ ਮੇਰਾ ਨਾਮ ਹੈ, ਮੈਂ ਬਠਿੰਡੇ ਤੋਂ ਬਿਲੋਂਗ ਕਰਦੀ ਹਾਂ। ਬਠਿੰਡਾ ਤੋਂ ਬਿਲੋਂਗ ਕਰਦੇ ਹੋ, ਜੋਸ਼ ਹਾਲੇ ਵੀ ਬਰਕਰਾਰ ਹੈ, ਡਾਂਗਾਂ ਵੀ ਖਾ ਲਈਆਂ, ਹੰਝੂ ਗੈਸ ਦੇ ਗੋਲੇ ਵੀ ਖਾ ਲਏ, ਪਰ ਹਾਲੇ ਵੀ ਜੋਸ਼ ਬਰਕਰਾਰ ਹੈ? ਪੂਰਾ ਹੀ ਦੁੱਗਣਾ ਹੋ ਗਿਆ ਜੀ ਉਸ ਤੋਂ ਬਾਅਦ ਤਾਂ ਜੀ। ਇਹ ਤਾਂ ਇਹਨਾਂ ਨੂੰ ਐਂ ਲੱਗਦਾ ਵੀ ਇਹ ਛੱਲੇ ਜੀ ਸਿੱਟ ਕੇ ਵੀ ਸਾਨੂੰ ਦਬਾ ਲੈਣਗੇ, ਪਰ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਜੀ ਦਬਣ ਵਾਲੇ 'ਚ ਨਹੀਂ ਹੈਗੀ, ਨਾ ਪਹਿਲਾਂ ਦਵੇ ਤਾਂ ਨਾ ਹੁਣ ਦਵੀਏ ਜੀ ਅਸੀਂ। ਤੁਸੀਂ ਆਪਣੀ ਪੱਗ ਦੇ ਉੱਤੇ ਕਾਲੀ ਪੱਟੀ ਬੰਨੀ ਹੋਈ ਹੈ, ਅੱਜ ਤੁਹਾਨੂੰ ਦਰਸ਼ਕਾਂ ਨੂੰ ਦੱਸ ਦਈਏ ਕਿ ਕਿਸਾਨ ਮੋਰਚਾ ਦੇ ਵੱਲੋਂ ਸ਼ੁਭ ਕਰਨ ਜਿਹੜਾ ਕਿ ਖਨੌਰੀ ਬਾਰਡਰ ਦੇ ਉੱਤੇ ਸ਼ਹੀਦ ਹੋਇਆ ਸੀ, ਜਦੋਂ ਪਰਸੋਂ ਮੁਕਾਬਲਾ ਹੋਇਆ ਸੀ, ਤਾਂ ਉਸ ਦੀ ਯਾਦ ਦੇ ਵਿੱਚ ਅੱਜ ਕਾਲਾ ਦਿਹਾੜਾ ਵੀ ਕਿਸਾਨ ਅੰਦੋਲਨ ਦੇ ਵੱਲੋਂ ਮਨਾਇਆ ਜਾ ਰਿਹਾ ਹੈ, ਸੋ ਤੁਸੀਂ ਵੀ ਬਣੀ ਹੋਈ ਹੈ, ਸ਼ੁਭ ਕਰਨ ਬਾਰੇ ਕੀ ਕਹਿਣਾ ਚਾਹੋਗੇ? ਤੁਹਾਡੇ ਏਰੀਏ ਦਾ ਹੀ ਸੀ? ਹਾਂਜੀ, ਉਹ ਲੋਕਲ ਬਠਿੰਡੇ ਨਾਲ ਹੀ ਹੈ ਜੀ ਪਿੰਡ, ਉੱਥੋਂ ਆਪਣੇ ਨਾਲ ਮੁੰਡਾ ਜਿਹੜਾ ਸ਼ਹੀਦ ਹੋਇਆ ਖਨੌਰੀ ਬਾਰਡਰ 'ਤੇ, ਸਾਨੂੰ ਉਹ ਬਹੁਤ ਦੁੱਖ ਹੈ ਜੀ, ਉਸ ਕਰਕੇ ਅੱਜ ਜਿਹੜਾ ਬਲੈਕ ਡੇ ਇੱਥੇ ਮਨਾਇਆ ਜਾ ਰਹੀ ਧਰਨੇ ਦੇ ਉੱਤੇ, ਉਸੇ ਕਰਕੇ ਜਿਹੜਾ ਅੱਗੇ ਦਿੱਲੀ ਕੂਚ ਕਰਨ ਦੀ ਜਿਹੜੀ ਕਾਲ ਹੈ ਉਹਨੂੰ ਡਿਲੇ ਕੀਤਾ ਗਿਆ ਜੀ। ਹਾਂਜੀ, ਇਹ ਉਹਦੀ ਮੌਤ ਦੀ ਵਜ੍ਹਾ ਕਰਕੇ ਜਿਹੜੀ ਡਿਲੇ ਹੈ ਉਹ ਕੀਤੀ ਗਈ ਹੈ, ਅਤੇ ਤੁਸੀਂ ਮੈਂ ਜਾਣਨਾ ਚਾਹੁੰਦੀ ਹਾਂ ਕਿ ਬੋਰੀ ਦੇ ਵਿੱਚ ਇਕੱਠਾ ਕੀਤਾ ਹੋਇਆ ਇਹ ਸਮਾਨ ਹੰਝੂ ਗੈਸ ਦੇ ਗੋਲੇ ਨੇ? ਹਾਂਜੀ, ਜਿਹੜੇ ਹੰਝੂ ਗੈਸ ਦੇ ਗੋਲੇ ਇਹਨਾਂ ਨੇ ਫਾਇਰ ਕੀਤੇ ਨੇ ਜੀ, ਉਹ ਚੀਜ਼ ਨੇ, ਤੇ ਕੁਛ ਜਿਹੜੇ ਆ ਡਰੋਨ ਨਾਲ ਫਾਇਰ ਕੀਤੇ ਗਏ ਨੇ ਜੀ, ਆ ਜਿਹੜੇ ਡਰੋਨ ਨਾਲ ਕੀਤੇ ਗਏ ਇਸ ਦੇ ਵਿੱਚ ਕੀ ਸੀ, ਇਦਾਂ ਦੇ ਕੰਚ ਦੀਆਂ ਗੋਲੀਆਂ ਘੱਟੋ ਘੱਟ ਇੱਕ ਇੱਕ ਡਰੋਨ ਦੇ ਬੰਬ ਦੇ ਵਿੱਚ ਘੱਟੋ ਘੱਟ 25-25 ਗੋਲੀਆਂ ਇਦਾਂ ਦੀ ਕੰਚ ਦੀਆਂ ਸੀ, ਜਦੋਂ ਉੱਪਰ ਆ ਕੇ ਬਲਾਸਟ ਕਰਦੇ ਸੀ ਕੰਚ ਦੀਆਂ ਗੋਲੀਆਂ, ਬਹੁਤ ਹੀ ਮਤਲਬ ਤੇਜ਼ ਰਫ਼ਤਾਰ ਨਾਲ ਨੀਚੇ ਆਉਂਦੀਆਂ ਸੀਗੀਆਂ, ਤੇ ਕਿਸੇ ਦੇ ਅੱਖ 'ਚ ਕਿਸੇ ਦੇ ਕਿਤੇ ਬਹੁਤ ਜ਼ਿਆਦਾ ਮਤਲਬ ਦਰਦਨਾਕ ਸੀਗੀ ਇਹ ਵੀ, ਇਹ ਆਹ ਬੰਬ ਸੀਗੇ ਜੀ, ਆਹ ਫਟੇ ਹੋਏ ਨੇ ਜੀ, ਤੁਸੀਂ ਮੈਂ ਇਹਨੂੰ ਦਿਖਾ ਸਕਦਾ ਇਹਨਾਂ ਦੀ ਐਕਸਪਾਇਰੀ ਡੇਟ ਜੀ ਤੁਹਾਨੂੰ, 16-17-18 ਦੀ ਐਕਸਪਾਇਰੀ ਡੇਟ ਆਈ ਆ, ਚੈੱਕ ਕਰ ਲਓ, ਆਹ ਇੱਥੇ ਲਿਖੀ ਹੋਈ ਹੈ ਜੀ, ਤੇ ਆਹ ਜਿਹੜੇ ਰਬੜ ਦੀਆਂ ਗੋਲੀਆਂ ਨਾਲ ਉਹ ਕਲੋਜ਼ ਰੇਂਜ ਮਾਲ ਸ਼ੇਰ ਜਿਹੜੇ ਫਾਇਰ ਕਰਦੇ ਨੇ ਉਹ ਚੀਜ਼ ਹੈ। ਹਾਂਜੀ, ਜਿਹੜੇ ਕੰਚ ਦੀਆਂ ਗੋਲੀਆਂ ਨੇ ਕਿਸੇ ਦੀ ਅੱਖ ਚ ਲੱਗਦੀ ਕਿਤੇ ਲੱਗਦੀ, ਬਹੁਤ ਜ਼ਿਆਦਾ ਦਰਦਨਾਕ ਹੈ ਜੀ, ਤੇ ਜਿਹੜੇ ਇਹਦੇ ਵਿੱਚ ਸਮੋਕ ਜਿਹੜੀ ਨਿਕਲਦੀ ਹੈ, ਆ ਤੁਹਾਨੂੰ ਮੈਂ ਡਰੋਨ ਵਾਲੇ ਚ ਦਿਖਾ ਦਿੰਦਾ, ਇਹਦੇ ਵਿੱਚ ਜਿਹੜਾ ਕੈਮੀਕਲ ਹੈ ਜੀ, ਆਹ ਜਦੋਂ ਬਲਾਸਟ ਕਰਦੇ ਨੇ ਤੇ ਉਹ ਬਲਾਸਟ ਕਰਨੇ ਕੈਮੀਕਲ ਜਲਦਾ ਜੀ, ਤੇ ਉਹ ਜਿੰਨਾ ਕੀ ਆ ਸਮੋਕ ਪ੍ਰੋਡਿਊਸ ਕਰਦਾ ਜੀ ਉਹ। ਹਾਂਜੀ, ਸਾਡੇ ਕੋਲ 3-4 ਤਰ੍ਹਾਂ ਦੇ ਨੇ, ਆ ਤੁਹਾਨੂੰ ਇੱਕ ਹੋਰ ਦਿਖਾਣ, ਜਿਹੜੇ ਸਿਰਫ ਆ ਲੋਹੇ ਦਾ ਦਿਖਾ ਸਕਦੇ ਜੀ, ਨਹੀਂ ਲੋਹੇ ਵਾਲੇ ਨੇ, ਸਿਰਫ ਗੈਸ ਕੱਢਦੇ ਨੇ ਜਿਹੜੇ। ਇੱਕ ਮਿੰਟ ਮੈਂ ਆ ਕੱਢ ਦੇ, ਇਹ ਤੇ ਮਾਰ ਕੇ ਵੀ ਲਿਖੇ ਆ, ਆਪਾਂ ਹੁਣ ਦੇਖੇ ਆ, ਆ ਦੇਖ ਸਕਦੇ ਤੁਸੀਂ, ਆ ਦੇਖੋ ਮਤਲਬ ਇਹ ਬਹੁਤ ਤੇਜ਼ ਰਫ਼ਤਾਰ ਨਾਲ ਵੀ ਹਾਨੀਕਾਰਕ ਹੈ ਲੋਕਾਂ ਜਿਨ੍ਹਾਂ ਦੇ ਵੱਜਦੇ ਨੇ ਜੀ ਇਹ, ਉਦੋਂ ਇਹ 'ਚ ਜਿਹੜੇ ਅੰਦਰ ਆ ਸਮੋਕ ਤੁਸੀਂ ਦੇਖ ਸਕਦੇ ਜਿਹੜੀ ਅੱਧੀ ਬੰਦ ਹੋ ਚੁੱਕੀ ਹੈ, ਇਹ ਜਿਹੜੇ ਸਾਫਤੇ ਨੇ ਜੀ ਇਹ ਅਸੀਂ ਬੋਰੀਆਂ ਪਾਵਾ ਵਾਸੀ ਜਿਹੜੇ ਕਾਬੂ ਕੀਤੇ ਜੀ ਇਹ ਬੰਦ। ਕੀ ਮਕਸਦ ਹੈ ਤੁਹਾਡਾ ਇਕੱਠੇ, ਕਿਉਂਕਿ ਇੱਥੇ ਮੈਂ ਦੇਖਿਆ ਤੁਹਾਨੂੰ, ਤੁਸੀਂ ਬਿਲਕੁਲ ਹਰਿਆਣਾ ਬਾਰਡਰ ਤੇ ਪਹੁੰਚੇ ਹੋਏ ਸੀ, ਉੱਪਰ ਤੁਹਾਡੇ ਆਰਮੀ ਖੜੀ ਹੈ, ਔਰ ਇੰਨੀ ਰਿਸਕ ਦੇ ਵਿੱਚ ਤੁਸੀਂ ਇਹ ਸਾਰਾ ਕੁਝ ਕਲੈਕਟ ਕਰ ਰਹੇ ਹੋ, ਕੀ ਮਕਸਦ ਹੈ? ਮਤਲਬ ਇਹ ਹੈ ਜੀ ਸਾਡਾ ਵੀ ਜੇ ਹੁਣ ਅਸੀਂ ਆਪਦੇ ਕਿਸਾਨੀ ਹੱਕ ਮੰਗ ਰਹੇ ਹਾਂ ਜੀ ਸ਼ਾਂਤਮਈ ਤਰੀਕੇ ਨਾਲ, ਸਾਨੂੰ ਬਦਲੇ ਚਾਹੇ ਸਰਕਾਰ ਹੈ ਜਾਂ ਕੁਛ ਦੇ ਰਹੀ ਹੈ ਜੀ, ਹੁਣ ਇਸ ਤੇ ਇਹ ਗੱਲ ਅਸੀਂ ਲੈ ਕੇ ਜਾਵਾਂਗੇ ਜੀ ਆਪਣੇ ਪਿੰਡਾਂ ਘਰਾਂ ਦੇ ਵਿੱਚ, ਜਦੋਂ ਲੋਕ ਉੱਥੇ ਵੋਟਾਂ ਮੰਗਣ ਆਉਣਗੇ ਜੀ ਇਹ ਪਾਰਟੀਆਂ ਵਾਲੇ, ਉਹਨਾਂ ਨੂੰ ਦਿਖਾਵਾਂਗੇ ਜਦੋਂ ਸਾਡੇ ਤੇ ਸਿੱਧਾ ਢਾਇਆ ਜਾ ਰਿਹਾ ਸੀਗਾ ਤੁਸੀਂ ਕਿਤੇ ਸੁੱਤੇ ਹੋਏ ਸੀ ਤੁਸੀਂ, ਹੁਣ ਜੇ ਵੋਟਾਂ ਮੰਗਣ ਆਉਣਗੇ ਜੀ ਦਿਖਾਵਾਂਗੇ ਜੀ ਇਹ, ਨਾਲੇ ਇੱਥੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਜੀ ਅਸੀਂ ਵੀ ਜਿਨ੍ਹਾਂ ਨੇ ਇਹ ਬੰਬ ਨਹੀਂ ਦੇਖਿਆ ਜੀ ਇਹ, ਉਹਨਾਂ ਨੂੰ ਅਸੀਂ ਡਿਟੇਲ ਦਿੰਦੇ ਹਾਂ ਜੀ ਉਹਨਾਂ ਨੂੰ ਵੀ ਕਿ ਇਹ ਗੋਲਿਆਂ ਤੋਂ ਕਿਵੇਂ ਬਚਿਆ ਜਾ ਸਕਦਾ, ਵੀ ਜਿਹਨੂੰ ਬੰਦ ਕਰਨਾ ਗਿੱਲੀਆਂ ਬੋਰੀਆਂ ਦਾ ਇਸਤੇਮਾਲ ਕਰੋ, ਜੇ ਤੁਹਾਡੇ ਅਸਰ ਕਰਦਾ ਅੱਖਾਂ ਕਨੱਕਾਂ ਤੇ ਤੁਸੀਂ ਨੂੰ ਨਾਲ ਨਮਕ ਵਾਲਾ ਪਾਣੀ ਤੁਸੀਂ ਯੂਜ਼ ਕਰ ਸਕਦੇ ਹੋ, ਉਸ ਇਹ ਸਾਡਾ ਮੇਨ ਮਕਸਦ ਇਹੀ ਹੈ ਜੀ। ਹਾਂਜੀ, ਤੋ ਸਾਰੀਆਂ ਸਿਆਸੀ ਪਾਰਟੀਆਂ ਇਹ ਵੀ ਸੁਣ ਲੈਣ
कि यह जड़े हंजू गैस के गोले या स्मोक गोले ने यह इसलिए इकट्ठे किए जा रहे हैं ताकि जदों वोटा मंगण आन राजनेता जेडे अज चुप वट्टी बैठे ने अपने दे उत्ते गोलियां चलवा रहे ने ते उस तो बाद भी उन्हां दी कोई बयानबाजी सामने नहीं आती। यह गोले उस वेले काम आवणगे जदों वोटा मंगण पिंडां दे विच जाया जाएगा। तुसी कित्थों आए हो, की नाम है? बठिंडे तो ही, जसमन सिंह मेरा नाम है जी। तुसी भी बठिंडे तो हो, की कहना चाहोगे संघर्ष के बारे? हुण 2 दिन बीत चुके ने, जिस तरह सरकार ने जिहड़ा तांडव है होर रचिया सी, 2 दिन बाद शांत तो अगला कदम की होएगा? अगला कदम जो साढ़े वड वडेरे ही साढ़े आगू कोई फैसला करेंगे अगे वधो जां शांतमई नाल जो है कहणगे असीं वड वडेरियां की गल मन के चलांगे। असीं कोई इदां नहीं भी हुल्लड़बाजी वाले भी आपकी मन मर्जी करांगे जी। परसों भी असीं इत्थे सी, परसों सुबह दी असीं इत्थे आए, जिवें ही उन्होंने कोई फैसला आउंदा सी असीं तां ही अगे वधे नहीं। असीं साडा उत्थे नाका लग्गिया होया सीगा जी, असीं उत्थे ही खड़े रहिंदे सीगे। असीं कोई भी आपदे वल्लों पहल नहीं करदे क्योंकि असीं कहने भी साडी सोच उन्हां मुकाबले बहुत छोटी आई, असीं बहुत छोटे हाँ। जिवें उह वड वडेरे साढ़े कहणगे, आगू कहणगे, उवें ही असीं कोई फैसला लवांगे। फिलहाल आह ब्लैक डे रखिया गया जी अज्ज, तो शायद तक उम्मीद आ भी कल सू आगू कहे भी अगे वधना आप कुछ करना दिल्ली, तो फिर कल आप अगे की कार्रवाई करा जी। जिस तरह के हालात पैदा हुए थे 21 फरवरी को, काफ़ी डर बनया हुआ सी क्योंकि बहुत सारे लोग टीवी चैनल्स देख रहे थे जो इतने नहीं पहुँच पाए, उन्होंने दिल बहुत जोर जोर की धड़क रहा है कि हुण की होएगा। अंदोलन को लेकर कुछ कन्फ्यूजन भी ने कि जिस तरीके की तैयारी हरियाणा सरकार करके बैठी है, जिस तरीके के हथकंडे हरियाणा सरकार अपना रही है, उन्होंने सर नहीं किया जाना, बहुत ईजी नहीं होएगा बैरीकेडिंग तो? ईजी तो देखो कुछ भी नहीं होंगे जी, लाइफ च आप कुछ भी सोचिए कुछ भी ईजी नहीं होंगे। बाकी ये साढ़े लिए कोई बहुत वड्डी गल नहीं आ, बस असं आगुआ के करके चुप बैठे हाँ भी जो कोई फैसला देने असं उदो अगे वधांगे। सानू इन्हों तो कोई डर नहीं लगता, ठीक है। मेरा भरा शहीद होया जी, वह भी मेरी एज, मेरी भी 22 एज आ, साडे एरिए ही मुंडा सी जी, साडी भी शहीदी हो जाए सानू तो वधिया खुशी वाली गल मिलेगी भी ठीक है भी असी किसी जज की थां ते शहीद होए हां, कदे नशा करके असी कितें डिग के नहीं मरे, असी शहीद होए हां इत्थे आके। बीजेपी आगू की एक पोस्ट मैं अज सोशल मीडिया से पढ़ी सी, शुभकरण की फोटो शेयर करके लिखा हुआ सी अखौती शहीद, ठीक है। हाँ जी, वह हुण कुछ आप कह दिए भी लीडर भी कुछ कह लिए भी कुछ चंगे भी होंगे कुछ माड़े भी होंगे, आपां नूं कोई उन्हां दा सोचदा नहीं पता भी अंदरों की सोचते हैं। वैसे तो सरकारां दा हत्थ जो तक खौती मतलब उन्होंने एक टोंट मारिया सी कि जिन्हां नूं कथित कहा जांदा है ना। हाँ जी हाँ जी, पर कोई गल नहीं, आगू जिहड़ा कोई कहिंदे आ कहण दो ही, आह भी लीडर जो भी कुछ कहिंदे आ कहण दो उहनां नूं, असीं आपदा इत्थे डट के मुकाबला करांगे जी। भी इह अत्तवादी ने, खालिस्तानी ने, वक्खवादी ने, असीं कोई इत्थे वंड नहीं लैण जी आए आपसी आपदी, ना असीं कोई इत्थे खालिस्तानी दी गल करदे आ। जे असीं खालिस्तानी दी कोई गल करदे आ तो साडे ते जमा जरूर साडे ते जो कोई ना करदा फायर करन कराया जावे, पर इत्थे कोई गल कर ही नहीं, असीं आपदे किसान भरावां लई आए होए आ जी इत्थे आपदे वक्ख लैण लई। जिस तरीके दा रवैया मतलब अपने ही देश दी अपनी ही सरकार वोटां दे के चुनी गई आ, हुण फिर 2024 दी इलैक्शन आउणे ने, लोक सभा पंजाब दे विच भी 13 सीटां ने लोकसभा दियां, पर जिस तरह के नुमाइंदे असीं चुने ने, जिस तरह का बिहेवियर साढ़े नाल कीता जा रहा है, उन्हूं वेख के लगता नहीं कि काश पंजाब भारत तो अड्डी हुंदा? भलेखना भी साडे बिना जो लैन गए, इन्हां ते कोई काबू नहीं कर सकता। आथन की गल, आथन की रोटी वह दिल्ली आ गई खान गए, सच्ची गल नहीं कर रहे जी, दसो सिर्फ ए कह रहे जिनी साड़ी लागत हो रही है सानू, जो अभी एक साल की मेहनत करते हैं जो साढ़े 23 फसलों ने उन्होंने MSP की गल कर रहे हैं, जो उही तो गल है जो MSP के पूरे सही रेट नहीं दे रही, किसान के करजे उठा रहे हैं तो खुदकुशियां हो रही ने। साडे मुद्दे यही ने कोई, असं इदा नहीं मांग रहे भी सू राज दिता जाए या कुछ, कोई साड़ी परसनल मंग नहीं हैगी कोई साड़ी, असं इतने अच्छे पहुंचे हैं तो किसान प्रोमिस किए थे, असं उ दुबारे लैके आए भी प्रोमिस तो आदि मुकरे ने थुक के चट्टिया जी उन्होंने भी, जेडे प्रोमिस तुम पिछली बार किए सू पूरे चाहिए, असं कोई नवें तो है नहीं भी, नवे 4-5 होर लैके आ गई, उही साढ़े वह ने भी सू आप हक दिते जान वो वाले ही, असं कोई नवे हक तो मंगे नहीं, शांतमय तरीके ही अगर चलेंगे जिम्मे सू आगू कहे। जे इन्होंने असं कहने एक गल कहने हथियार छड़ के साडे कोल एक आ जाओ अभी 20 मिनटा जी पत्थर कर देंगे जी ये, पर गल ये भी असं बाहर होकर नहीं चलना आपके आगुओं तो है ना, भी असं भी आगू भी साढ़े यही चीज़ चाहते ने भी नजायज़ जो है हत्यावान ना हो, है ना, कोई लोग इतने शहीद ना हो इतने आके, क्योंकि बजुर्ग आप बहुत बैठे थे शरले मारे गए ने जी, जो आप 13 तरीक में इतने पहले पहुंचे थे शरले मारे गए ने, शरेआम लाइव गोरियां इन्होंने कीतियां जी छड़ियां गई लोगों वाली, ये मतलब कोई आपदे वाली गल नहीं हैगी जी इन्हों, जे तो इन्होंने इदा लगता भी पक्का बार्डर कर देन सील जी, फिर तो जिन्होंने इदा लगता एड्डी इन्नी सख्ताई तो जी कि पाकिस्तान कि होर बॉर्डर से नहीं मिलती जी, आपको लोग इतने सिर्फ पहुंचे ने भी आपका हक लैन लिए पहुंचे ने, कोई इतने से कोई हुल्लड़बाजी नहीं कर रहे जी, कोई साढ़े को हथियार नहीं है, सू कह हथियार लत्थ पत्थ होकर आए हो, इदा करते हो हमने की कह सकते
सरकार जी, बस असं एवं जिन्हें सू बहना पे डट के बैठेंगे जी, इतने पिछे नहीं हटते जी, आपके हक लैके जाऊंगे, दिल्ली भी कूच करा जी। असर सो ये पंजाब के नौजवान से जिन्हों के अंदर गोलियां खा के हंजू गैस के गोले खा के भी जज्बा बरकरार है और अपने अलविदा कह चुके दोस्त शुभकरण को श्रद्धांजलि भी दे रहे हैं, कालियां पट्टियां बन के रोस भी जता रहे हैं और ये भी सरकार को चेतावनी दे रहे हैं कि तुम साडा भरा मारिया, एक शुभकरण मारिया पर बाकी शुभकरण अजे ज्यौते ने, दिल्ली जाने की जी जंग है वह जारी रहेगी। फिलहाल शंभू किसान बॉर्डर दी तस्वीरां तुहानू विखाउंदे रहांगे, लगातार बने रहो साडे नाल।